ਜਿਹੜੇ ਭੈਣ ਭਰਾਵਾਂ ਨੇ ਯੂਰਪ ਦੀ ਕਿਸੇ ਹੋਰ ਕੰਟਰੀ ਤੋਂ ਆ ਕੇ ਜਰਮਨੀ ਦੇ ਵਿੱਚ ਪੇਪਰ ਚੇਂਜ ਕਰਵਾਏ ਹੋਏ ਆ ਠੀਕ ਹੈ ਜੀ ਸੋ ਉਹਨਾਂ ਵਿੱਚੋਂ ਕਈ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਕਿ ਭਾਜੀ ਜਦੋਂ ਆਪਾਂ ਇੱਥੇ ਖੁੱਲਾ ਵੀਜ਼ਾ ਅਪਲਾਈ ਕਰਨਾ ਆ ਕਿ ਸਾਨੂੰ ਜਿਹੜਾ ਲੈਂਗੁਏਜ ਸਰਟੀਫਿਕੇਟ ਦੀ ਲੋੜ ਪੈਗੀ ਬੇ ਆयंस ਜਿਹੜਾ ਆਪਣਾ B1 ਦਾ ਲੈਂਗੁਏਜ ਸਰਟੀਫਿਕੇਟ ਹੁੰਦਾ ਆ ਸੋ ਉਹਨਾਂ ਦੇ ਕਮੈਂਟਸ ਨਾਲ ਹੀ ਫਿਰ ਕੁਝ ਹੋਰ ਭੈਣ ਭਰਾ ਕਮੈਂਟ ਕਰ ਦਿੰਦੇ ਆ ਕੋਈ ਲਿਖ ਦਿੰਦਾ ਆ ਕਿ ਸਾਨੂੰ ਨਹੀਂ ਲੋੜ ਪੈਂਦੀ ਕੋਈ ਲਿਖ ਦਿੰਦਾ ਆ ਕਿ ਸਾਨੂੰ ਲੋੜ ਪੈਂਦੀ ਆ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਜਿਹ ਪੇਪਰ ਸੀ ਠੀਕ ਹੈ ਜੀ ਜਿਹੜੀ ਪਿਛਲੀ ਵੀਡੀਓ ਆਪਾਂ ਸਾਂਝੀ ਕੀਤੀ ਸੀ ਉਹ ਹੈਗੀ ਸੀ ਜਿਹੜੇ ਭੈਣ ਭਰਾਵਾਂ ਕੋਲ ਯੂਰਪ ਦੀ ਕਿਸੇ ਹੋਰ ਕੰਟਰੀ ਦੀ ਜਿਹੜੀ ਫੈਮਿਲੀ ਦੇ ਨਾਲ ਇੱਥੇ ਆਏ ਨੇ ਤੇ ਇੱਕ ਜਿਨੇ ਕੋਲ ਘਰ ਦੇ ਵਿੱਚ ਉੱਥੇ ਦੀ ਨੈਸ਼ਨੈਲਿਟੀ ਆ ਦੂਜਿਆਂ ਕੋਲ ਇੰਡੀਅਨ ਪਾਸਪੋਰਟ ਆ ਵੀਜ਼ਾ ਆ ਉੱਥੇ ਦਾ ਠੀਕ ਹੈ ਜੀ ਉਹ ਵੀਡੀਓ ਉਹਨਾਂ ਭੈਣ ਭਰਾਵਾਂ ਵਾਸਤੇ ਸੀ ਅੱਜ ਦੀ ਵੀਡੀਓ ਜਿਹੜੀ ਆ ਜਿਨ੍ਹਾਂ ਨੇ ਪੇਪਰ ਚੇਂਜ ਕਰਵਾਏ ਹੋਏ ਨੇ ਜਿਨ੍ਹਾਂ ਨੇ ਪੇਪਰ ਚੇਂਜ ਕਰਵਾਏ ਹੋਏ ਨੇ ਜਿੰਸਤੱਕ ਮੈਨੂੰ ਪਤਾ ਆ ਉਹਨਾਂ ਨੂੰ ਜਿਹੜੀ ਪੈਰਾਗ੍ਰਾਫ ਧਾਰਾ ਜਿਹੜੀ ਵੀਜ਼ੇ ਤੇ ਲੱਗੀ ਹੋਈ ਆ ਉਹ ਹੋਏ ਕੀ 38 ਇਹਨਾਂ ਨੂੰ ਜਦੋਂ ਆਪਾਂ ਖੁੱਲਾ ਵਿੱਚ ਅਪਲਾਈ ਕਰਨਾ ਹੈ ਉਦੋਂ ਬੇਆਇੰਸ ਦੀ ਲੋੜ ਪੈਣੀ ਆ ਠੀਕ ਹੈ ਜੀ ਬਾਕੀ ਜੇ ਕਿਸੇ ਹੋਰ ਭੈਣ ਭਰਾ ਕੋਲ ਇਸ ਸਬੰਧੀ ਜ਼ਿਆਦਾ ਜਾਣਕਾਰੀ ਹੋਵੇ ਤੇ ਉਹ ਕਮੈਂਟਾਂ ਵਿੱਚ ਸਾਂਝੀ ਕਰ ਸਕਦਾ ਸਾਡੀ ਜਾਣਕਾਰੀ ਵਿੱਚ ਵੀ ਵਾਧਾ ਪਾ ਸਕਦਾ ਆ ਬਾਕੀ ਇੱਕ ਚੀਜ਼ ਦੋਵਾਂ ਦੇ ਵਿੱਚ ਕਾਮਨ ਆ ਬੇਸ਼ੱਕ ਜੇ ਕੋਈ ਪਰਿਵਾਰ ਇੱਥੇ ਆਇਆ ਪੂਰੀ ਫੈਮਿਲੀ ਇੱਥੇ ਆਈ ਹੈ ਜਿਹਦੇ ਵਿੱਚ ਇੱਕ ਜਨੇ ਕੋਲ ਯੂਰਪੀ ਦੀ ਕਿਸੇ ਹੋਰ ਕੰਟਰੀ ਦੀ ਨੈਸ਼ਨੈਲਿਟੀ ਆ ਤੇ ਬੇਸ਼ੱਕ ਜੇ ਕੋਈ ਬੰਦਾ ਇੱਥੇ ਹੁਣ ਖੁੱਲੇ ਪੇਪਰ ਸੀ ਕਿਸੇ ਹੋਰ ਕੰਟਰੀ ਦੇ ਯੂਰਪੀ ਦੇ ਉਹਨ ਇੱਥੇ ਆ ਕੇ ਚੇਂਜ ਕਰਾਏ ਆ ਦੋਨਾਂ ਹੀ ਸੂਰਤਾਂ ਦੇ ਵਿੱਚ ਨੀ ਅਨਮੈਲਡਿੰਗ ਕਰਾ ਸਕਦਾ ਆ ਠੀਕ ਹੈ ਜੀ ਤੇ ਉਹਦੇ ਜੀਆਂ ਨੂੰ ਪਹਿਲਾਂ ਕੁਝ ਸਮੇਂ ਦਾ ਜਿਹੜਾ ਮਿੱਥੇ ਸਮੇਂ ਦਾ ਵੀਜ਼ਾ ਦੇ ਦਿੰਦੇ ਆ ਠੀਕ ਹੈ ਜੀ 3 ਤੋਂ 6 ਮਹੀਨਿਆਂ ਦਾ ਇੱਕ ਬਿਸ਼ੈਣਿਕ ਹੁੰਗ ਦੇ ਦਣਗੇ ਜਾਂ ਛੋਟਾ ਵੀਜ਼ਾ ਦੇ ਦਣਗੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਕੰਮ ਉਹਨਾਂ ਵਾਸਤੇ ਵੀ ਜ਼ਰੂਰੀ ਆ ਕੰਮ ਸਾਰਾ ਪੂਜ ਦੇਖ ਕੇ ਪ੍ਰੂਫਿੰਗ ਕਰਕੇ ਫਿਰ ਹੀ ਉਹਨਾਂ ਦੇ ਘਰ ਦੇਣ ਜਿਹੜਾ ਆ ਜਾਂ ਬੱਚਿਆਂ ਨੂੰ 5 ਸਾਲ ਦਾ ਜਿਹੜਾ ਅਗਲਾ ਕਾਰਡ ਮਿਲਦਾ ਆ ਠੀਕ ਹੈ ਜੀ ਤੇ ਜੇ ਕਿਸੇ ਨੇ ਪੇਪਰ ਚੇਂਜ ਕਰਵਾਏ ਆ ਉਹਦੇ ਵਿੱਚ ਵੀ ਇਦਾਂ ਹੀ ਪਹਿਲਾਂ ਇੱਕ ਬਿਸ਼ੈਣਿਕ ਹੁੰਗ ਮਿਲਦਾ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ 1 ਸਾਲ ਦਾ ਉਸ ਤੋਂ ਬਾਅਦ ਫਿਰ ਗਾਂ 2-2 ਸਾਲ ਦਾ ਤੇ 5 ਸਾਲ ਬਾਅਦ ਖੁੱਲਾ ਵੀ ਜਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਫੋਲੋ ਕਰਿਓ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਜਉਂਦੇ ਵਸਤੇ